ਇੱਕ ਹੀ ਰਖੀ ਬੇਨਤੀ ਕਰ ਰਿਹਾ ਸੀ ਰੱਬਾ ਕੋਈ ਨਾ ਸੁਖੀ ਸੰਸਾਰ ਹੋਵੇ ਮੇਰੇ ਬਿਨਾ ਨਾ ਕੋਈ ਪੀ ਖਾਏ ਖੱਟੇ ਨਾ ਹੀ ਕਿਸੇ ਦਾ ਚੱਲਦਾ ਵਪਾਰ ਹੋਵੇ ਕੋਈ ਕੁੱਲੀ ਮਕਾਨ ਨਾ ਕਿਸੇ ਦੀ ਹੋ ਖੇਤੀ ਬਾਗ ਦੀ ਨਾ ਹੀ ਬਹਾਰ ਹੋਵੇ ਰੋਟੀ ਵਸਤਰੋਂ ਹੋਣ ਮੋਹਤਾ ਸਾਰੇ ਗਜਬ ਹੋਊ ਜੇ ਕੋਈ ਜਰਦਾਰ ਹੋਵੇ ਪੁੱਤਰ ਭੈਣ ਭਾਈ ਹੋਵਣ ਕਿਸੇ ਦੇ ਨਾ ਮਾਤਾ ਪਿਤਾ ਤੇ ਨਾਹੀ ਪਰਵਾਰ ਹੋਵੇ ਆਗੂ ਬਣੇ ਨਾ ਕੋਈ ਬਰਾਦਰੀ ਦਾ ਨਾਹੀ ਕਿਸੇ ਦਾ ਕੌਮੀ ਸਤਕਾਰ ਹੋਵੇ ਚਿੱਟੇ ਕੱਪੜੇ ਵਾਲਾ ਨਾ ਕੋਈ ਦਿਸੇ ਹੁਸਨ ਜੋਰ ਵਾਲਾ ਨਾ ਸਰਦਾਰ ਹੋਵੇ ਕੋਈ ਕਲਮ ਦਾ ਧਨੀ ਨਾ ਹੋਏ ਜਗ ਤੇ ਨਾ ਹੀ ਕਿਸੇ ਦਾ ਕਿਤੇ ਇਤਿਵਾਰ ਹੋਵੇ ਕੋਈ ਸਿਫਤ ਜੇ ਕਿਸੇ ਦੀ ਦੇਖਦਾ ਹਾਂ ਮੈਂ ਗਰੀਬ ਦਾ ਕਾਲਜਾ ਚੀਰ ਜਾਂਦਾ ਝੜਦੀ ਕਲਾ ਜੇ ਕਿਸੇ ਦੀ ਨਜ਼ਰ ਆਵੇ ਮੇਰੀ ਅੱਖੋਂ ਇਹ ਸਮਾ ਸ਼ਮ ਨੀਰ ਜਾਂਦਾ ਸੁਕੇ ਹੱਸਦਾ ਵੇਖ ਮਨੁੱਖ ਕੋਈ ਛਾਤੀ ਵੱਜ ਮੇਰੀ ਜ਼ਹਿਰੀ ਤੀਰ ਜਾਂਦਾ ਰੱਬਾ ਮਾਨ ਤਨ ਜਗ ਤੋਂ ਚੁੱਕ ਹੀ ਲੈ ਨਹੀਂ ਦੇਖਿਆ ਰਾਜਾ ਫਕੀਰ ਜਾਂਦਾ ਆਈ ਹਸੇ ਦੇ ਨਾਲ ਆਕਾਸ਼ ਬਾਣੀ ਸ਼੍ਰੀਮਾਨ ਜੀ ਬੰਦ ਗੁਫਤਾਰ ਕਰੀਏ ਤੁਸੀਂ ਚਾਹੁੰਦੇ ਹੋ ਕੱਲੇ ਤੁਸਾਂ ਖਾਤਰ ਅਸੀਂ ਸਾਰਾ ਈ ਗਰਕ ਸੰਸਾਰ ਕਰੀਏ ਤੁਸਾਂ ਫੇਰ ਵੀ ਨਹੀਂ ਸੰਤੁਸ਼ਟ ਹੋਣਾ ਕਿਉਂ ਨਾ ਤੁਸਾਂ ਦਾ ਈ ਟੱਟੂ ਪਾਰ ਕਰੀਏ ਆਓ ਈਰਖੀ ਭਵਨ ਵਿੱਚ ਦਿਓ ਦਰਸ਼ਨ ਵਾਸਾ ਤੁਸਾਂ ਦਾ ਨਰਕਮੰਜਾਰ ਕਰੀਏ